ਕਿਉਂਕਿ 1 ਸਾਲ ਪੂਰਾ ਫਾਰਮ ਬਣਾਉਂਦੇ ਰਹੇ ਅਸੀਂ। ਅੱਛਾ। ਤੇ ਹੁਣ ਸ਼ੁਰੂ ਕੀਤਾ, ਇੱਕ ਫਲਾਕ ਕੱਢਿਆ ਅੱਗੇ। ਅੱਛਾ ਅੱਛਾ। ਤੇ ਉਹ ਸਲਾਟਰਿੰਗ ਕਰਾਇਆ ਤੇ ਇਹ ਹੁਣ ਇਹਦਾ ਲਿਆਉਂਦੇ ਨੇ। ਵੈਸੇ ਮੈਂ ਵੀ ਬਾਹਰ ਹੀ ਰਿਹਾ 30-35 ਸਾਲ। ਤੁਸੀਂ 35 ਸਾਲ ਤੁਸੀਂ ਬਾਹਰ ਰਹੇ ਜੇ? ਮੈਂ ਵੀ ਰਿਹਾ ਬਾਹਰ ਹੀ। ਇੰਗਲੈਂਡ? ਇੰਗਲੈਂਡ, ਇਟਲੀ, ਲੰਡਨ, ਜਰਮਨੀ, ਸਾਰੇ ਮੁਲਕਾਂ ਰਿਹਾ ਮੈਂ। ਉਹ 'ਚ 4 ਲੱਖ ਰੁਪਈਆ ਬਚਿਆ 100 ਦਿਨ ਦੀ ਫਾਰਮਿੰਗ 'ਚ। ਹਾਂਜੀ, 100 ਦਿਨ। ਕੀ ਬਾਤ ਹੈ ਜੀ, ਮਾਸ਼ਾ। ਤੇ ਇਹ ਵੀ ਕਾਰੋਬਾਰ ਹੀ ਹੈ। ਹਾਂ, ਵੱਧ ਨਹੀਂ ਅਸੀਂ ਖੇਡਦੇ। ਨਹੀਂ ਜੀ, ਕਾਰੋਬਾਰ ਅੱਲਾ ਪਾਕ ਰਿਜ਼ਕ ਦੇ, ਠੀਕ ਹੈ। ਤੇ ਜੇ ਕਿਸੇ ਵੇਲੇ ਵਾਧਾ ਘਾਟਾ ਹੋ ਵੀ ਜਾਏ ਤੇ ਫਿਰ ਸਬਰ ਕਰਨਾ ਚਾਹੀਦਾ। بسم اللہ الرحمن الرحیم، شروع اللہ کے نام سے جو بڑا مہربان نہایت رحم کرنے والا ہے۔ دوستو بزرگو، آپ دیکھ رہے ہیں اپنا یوٹیوب چینل اینڈ فیس بک پیج بزنس ٹاکس افیشل ود اے جی ادرہاں۔ فیس بک پیج بھی ہے، ٹک ٹاک بھی اسی کے نام پر بنا ہوا ہے۔ تو آج میں اس وقت موجود ہوں کاموں کی شہر کے بالکل پیچھے۔ کیا کہنے، تو ماشاء اللہ بچڑے بہت ہی اچھے تیار کیے ہیں قربانی کے، اور ساتھ ساتھ انفارمیشن بھی دوں گا بچڑا فارمی کا کاروبار کیسا کاروبار ہے، سب کچھ بزرگوں کی زبانی۔ ماشاء اللہ تجربہ کیسا رہا، کس طریقے بچڑا فارمنگ میں آئے، دوستوں کی وجہ سے یا اپنے اندر جذبہ پیدا ہوا بچڑا فارمی کا۔ تو چلتے ہیں ان کے پاس، ویڈیو کو مکمل دیکھنا ہے، ویڈیو کو آگے پیچھے نہیں کرنا۔ تو آئیے ویڈیو کو شروع کرتے ہیں۔ السلام علیکم۔ وعلیکم السلام، کیا حال ہے بوس جی؟ صاحب خیریت ٹھیک ٹھاک ہو؟ الحمدللہ، طبیعت سے تاں ٹھیک نے، الحمدللہ، اللہ پاک دا کرم ہے۔ سب تو پہلا میرے ویکھن اپنا تے اپنے علاقے دا ذرا تعارف کروا دیو۔ محمد دین بٹ میرا نام ہے جی، کاموں کی منڈی رہائشے۔ اچھا۔ تے فارم ساڈا ذرا تھوڑی ہٹ کے کھموڑا پنڈ دے کول۔ اچھا، بالکل صحیح ہے جی، ماشاءاللہ۔ 4-5 کلومیٹر بعد کاموں تے کس نام دے فارم بنایا جی؟ بٹ کیٹل فارم۔ بٹ کیٹل فارم دے نام تے ماشاءاللہ فارم بنیا ہوا۔ تے تجربہ کس طریقے تو کیسا رہا تہاڈا اے بچہ فارمنگ دے حوالے نال؟ الحمدللہ، علی دے شروع کیتا ہے اساں۔ اچھا۔ کیونکہ 1 سال پورا فارم بناندے رہے ہاں اسی۔ اچھا۔ تے ہن شروع کیتا، ایک فلاک کڈیا اگے۔ اچھا اچھا۔ تے او سلاٹرنگ کرایا تے اے ہن ایدا لے آندے نے۔ جیڑا ایک فلاک کڈیا جے جی، اس فلاک تے کس طریقے تہاڈا تجربہ رہا؟ ਉਹ ਨਵਾਂ ਨਵਾਂ ਕੰਮ ਸੀ, ਠੀਕ ਹੀ ਰਿਹਾ, ਮਤਲਬ ਸਾਨੂੰ ਅੱਲਾ ਪਾਕ ਨੇ ਰਿਜ਼ਕ ਦਿੱਤਾ ਸੀ। ਅੱਛਾ ਸਰ। ਤੇ ਤਜਰਬਾ ਹੁਣ ਇਨਸ਼ਾਅੱਲਾ ਅਗਲੇ ਸਾਲ ਤੋਂ ਠੀਕ ਹੋ ਜਾਏਗਾ। ਇਸ ਤੋਂ ਬਾਅਦ ਮੈਂ ਹਰ ਗੱਲ ਪੁੱਛਣੀ ਜੇ, ਖੁੱਲ ਕੇ ਪੁੱਛਣੀ ਜੇ, ਗੁੱਸਾ ਨਹੀਂ ਕਰਨਾ। ਜਿਹੜੇ ਨਵੇਂ ਫਾਰਮਰ ਨੇ ਜਿਹੜੇ ਤੁਹਾਨੂੰ ਵੇਖ ਰਹੇ ਨੇ, ਉਹਨਾਂ ਅੱਗੇ ਅਗਾਹੀ ਕਰਨਾ ਚਾਹ ਰਿਹਾ। ਇਹ ਸਾਡੇ ਬੜੇ ਮੋਹਸਨ ਨੇ ਆ ਜੀ, ਅਰਸ਼ਾਦ ਸਾਹਿਬ। ਅੱਛਾ ਅੱਛਾ। ਇਮਨਾਬਾਦ ਮੋੜ, ਇਮਨਾਬਾਦ ਫਾਰਮ, ਉਹਨਾਂ ਦਾ ਬੰਡਾ ਵੀ ਬਣਾਉਂਦੇ ਨੇ। ਅੱਛਾ। ਤੇ ਉਹਨਾਂ ਦੀ ਰਾਹਨਮਾਈ ਨਾਲ ਇਹ ਬਣਾਇਆ ਸੀ। ਅੱਛਾ। ਤੇ ਇਹ ਮੈਨੂੰ ਕਰਨ ਦਾ, ਮੇਰਾ ਬੇਟਾ ਬਾਹਰ ਇੰਗਲੈਂਡ ਹੁੰਦਾ। ਅੱਛਾ। ਉਹਨੇ ਮੈਨੂੰ ਆਖਿਆ ਵੀ ਫਾਰਮ ਬਣਾਓ ਕੋਈ। ਅੱਛਾ ਅੱਛਾ। ਮੈਂ ਤਾਂ ਨਹੀਂ ਸਾਂ ਇਸ ਹੱਕ 'ਚ, ਲੇਕਿਨ ਉਹਨੇ ਆਖਿਆ ਬਣਾਓ, ਤੇ ਮੈਂ ਫਿਰ ਬਣਾਉਂਦਾ ਰਿਹਾ। ਸਾਲ ਪੂਰਾ ਲੱਗ ਗਿਆ ਸੀ ਬਣਾਉਂਦੇ ਹੀ ਸਾਨੂੰ। ਅੱਛਾ, ਪਹਿਲੇ ਤੁਸੀਂ ਫਾਰਮ ਬਣਾਇਆ? ਹਾਂਜੀ। ਉਸ ਤੋਂ ਬਾਅਦ ਵੱਛੇ ਲਿਆਂਦੇ? ਹਾਂਜੀ, ਵੱਛੇ ਲਿਆਂਦੇ। ਵੈਸੇ ਮੈਂ ਵੀ ਬਾਹਰ ਹੀ ਰਿਹਾ 30-35 ਸਾਲ। ਤੁਸੀਂ 35 ਸਾਲ ਤੁਸੀਂ ਬਾਹਰ ਰਹੇ ਜੇ? ਮੈਂ ਵੀ ਰਿਹਾ ਬਾਹਰ ਹੀ। ਇੰਗਲੈਂਡ? ਇੰਗਲੈਂਡ, ਇਟਲੀ, ਲੰਡਨ, ਜਰਮਨੀ, ਸਾਰੇ ਮੁਲਕਾਂ 'ਚ ਰਿਹਾ ਮੈਂ। ਤੇ ਹੁਣ ਪਾਕਿਸਤਾਨ ਆ ਗਿਆ ਜੀ? ਪਾਕਿਸਤਾਨ ਵੀ ਰਿਹਾ ਮੈਂ। ਅੱਛਾ, ਸਾਰੇ ਯਾਨੀ ਕਮ ਅਜ਼ ਕਮ 15 ਮੁਲਕ ਤਾਂ ਤੁਸੀਂ ਗਏ ਨੇ? ਹਾਂਜੀ, ਕਾਫੀ ਫਿਰ। ਤੋ ਫਿਰ ਕਿਵੇਂ ਜਜ਼ਬਾ ਪੈਦਾ ਹੋ ਗਿਆ ਤੁਹਾਡਾ ਫਿਰ ਇਧਰ? ਬਸ ਉਹ ਬੱਚੇ ਨੇ ਆਖਿਆ ਬਣਾਓ, ਮੈਂ ਬਣਾ ਲਿਆ। ਉਹ ਫਿਰ ਹਾਜੀ ਸਾਹਿਬ ਨੂੰ ਮਿਲਦੇ ਰਹੇ ਆ। ਹਾਂ, ਉਹ ਪਹਿਲੇ ਕਰਦੇ ਹਨ ਮੈਂ, ਉਹਨਾਂ ਦਾ ਤਜਰਬਾ ਠੀਕ ਸੀ। ਤੇ ਉਹਨਾਂ ਨੇ ਆਖਿਆ ਕਰ ਲਓ, ਠੀਕ ਹੈ ਕੰਮ। ਤੁਹਾਡੀ ਹਾਜੀ ਸਾਹਿਬ ਨਾਲ ਕਿਸ ਤਰੀਕੇ ਮੁਲਾਕਾਤ ਹੋਈ? ਸਾਹਿਬ ਸਾਡੇ ਪਹਿਲਾਂ ਇੱਥੇ ਕੰਮ ਕੀ ਰਹਿੰਦੇ ਹਨ, ਅੱਜ ਕੱਲ੍ਹ ਸਿਟੀ ਹਾਊਸਿੰਗ ਰਹਿ ਰਹੇ ਨੇ। ਅੱਛਾ, ਮਲੇਦਾਰ ਸਨ ਸਾਡੇ। ਤੁਹਾਡੇ ਮਲੇਦਾਰ ਸਨ? ਹਾਂ, ਤਲਕ ਸੀ। ਅੱਛਾ, ਉਹਨਾਂ ਸਲਾਮ ਤਾਂ ਤੁਹਾਡੀ ਹੈਗੀ ਸੀ। ਅੱਛਾ, ਫਿਰ ਜਿਹੜਾ ਪਹਿਲਾ ਤਜਰਬਾ ਰਿਹਾ, ਯਾਨੀ ਕਿ ਜੋ ਹਾਂ ਪਹਿਲੇ ਜੇ 30 ਵੱਛੇ ਕੱਢੇ ਨੇ, ਹਾਂਜੀ ਹਾਂਜੀ, ਉਹਨੇ ਜੋ ਕੀ ਕੁਝ ਕਮਾਇਆ ਜੇ, ਸਹੀ ਸਹੀ ਦੱਸਿਆ ਜੇ? ਉਹ 'ਚ 4 ਲੱਖ ਰੁਪਈਆ ਬਚਿਆ।
100 ਦਿਨ ਦੀ ਫਾਰਮਿੰਗ ਚ? ਹਾਂਜੀ 100 ਦਿਨ। ਕੀ ਬਾਤ ਹੈ ਜੀ, ਮਾਸ਼ਾਅੱਲਾ। ਇਹ ਉਹਦੇ ਅੱਛਾ ਮੇਨ ਸਿਲੈਕਸ਼ਨ ਤੁਸੀਂ ਕਿੱਥੋਂ ਕੀਤੀ ਬੱਚਾ ਫਾਰਮਿੰਗ? ਮੇਨ ਸਿਲੈਕਸ਼ਨ ਪਹਿਲਾਂ ਦਾ ਹੀ ਸਭ ਗਏ ਹਨ ਨਾਲ, ਉਹ ਜਦੋਂ ਪਹਿਲੇ ਆਉਂਦੇ ਸਨ। ਅੱਛਾ 30 ਬੱਚੇ ਬੱਚੇ ਲਾਹੌਰ ਆਉਂਦੇ ਹਨ। ਅੱਛਾ ਅੱਛਾ, ਪਹਿਲਾਂ 54 ਬੱਚੇ ਸਨ। ਅੱਛਾ ਪਹਿਲੇ 54? ਪਹਿਲੇ 54 ਪਾਏ। ਅੱਛਾ ਅੱਛਾ, ਤੇ ਉਹ ਫਿਰ ਆਦੀ ਸਾਹਿਬ ਗਏ ਹਨ ਨਾਲ, ਤੇ ਫਿਰ ਇਹ ਜਿਹੜੇ ਆਉਂਦੇ ਨੇ, ਫਿਰ ਮੈਂ ਜਾ ਕੇ ਇਕੱਲੇ ਹੀ ਸ਼ੇਖੂਪੁਰੇ ਤੋਂ ਲਾਹੌਰ ਤੋਂ ਖਰੀਦਦਾਰੀ ਕੀਤੀ ਹੈ। ਤੁਸੀਂ ਖੁਦ ਇਕੱਲਿਆਂ ਪਰਚੇਜ਼ਿੰਗ ਕਰ ਲਈ? ਹਾਂਜੀ ਕਰ ਲਈ, ਅੱਲਾ ਸਪੁਰ ਅੱਲਾ ਤੋਂ ਅਕਲ। ਫਿਰ ਉਹ ਰੋਦੇ ਹਨ ਗਰਮੀ ਸੀ, ਮੈਂ ਉਹਨਾਂ ਨੂੰ ਕਿੱਥੇ ਖੜਨਾ। ਹਾਂ ਮਾਸ਼ਾਅੱਲਾ। ਵੈਸੇ ਨਾ ਮੈਂ ਜੋ ਤਾਰੀਫ ਚੀਜ਼ ਕਾਬਲ ਚੀਜ਼ ਹੋਣੀ ਨਾ ਕਰਨੀ ਚਾਹੀਦੀ। ਬਹੁਤ ਅੱਛੇ ਬੰਦੇ ਨੇ, ਬਹੁਤ ਮੌਸਮ ਨੇ ਜੀ। ਅੱਛਾ ਹਾਈ ਸਾਹਿਬ, ਹਾਈ ਸਾਹਿਬ ਬੜਾ ਤਾਵਣ ਕਰਦੇ ਨੇ, ਜਿੱਥੇ ਆਖੋ ਜਿਹੜੇ ਆਖੋ ਚੱਲ ਪਏ ਟੁਰ ਪਏ। ਚਲੋ ਅੱਲਾ ਜੀ ਉਹਨਾਂ ਜ਼ਿੰਦਗੀ 'ਚ ਬਰਕਤ ਅਤਾ ਫਰਮਾਏ, ਉਹਨਾਂ ਦੇ ਕਾਰੋਬਾਰ 'ਚ ਬਰਕਤ ਪਾਏ। ਆਮੀਨ। ਮਾਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੀ ਪਹਿਲੀ ਸਿਲੈਕਸ਼ਨ ਜੀ, ਇੰਨੀ ਸੋਹਣੀ ਪਰਚੇਜ਼ਿੰਗ, ਉਹ ਵੀ ਤੁਸੀਂ ਕਰ ਗਏ ਇਕੱਲੇ। ਬੜੀ ਹਿੰਮਤ ਹੈ ਜੀ, ਤੁਹਾਨੂੰ ਸਲੂਟ ਪੇਸ਼ ਕੀਤਾ ਜਾਂਦਾ ਹੈ ਜੀ ਮੇਰੇ ਵੱਲੋਂ ਔਰ ਮੇਰੀ ਯੂਟਿਊਬ ਫੇਸਬੁੱਕ ਫੈਮਿਲੀ ਤਰਫੋਂ। ਅੱਛਾ ਹੁਣ ਮੈਂ ਜਾਣਨਾ ਚਾਹੁੰਦਾ, ਪਹਿਲੇ ਤਜਰਬੇ ਵਿੱਚ ਵੀ ਅਤੇ ਹੁਣ ਤਜਰਬੇ ਵਿੱਚ ਵੀ ਕੀ ਖੁਰਾਕ ਪਾਉਂਦੇ ਰਹੇ ਜੀ? ਅਸੀਂ ਇਹਨਾਂ ਨੂੰ ਵੰਡਾ ਅਤੇ ਸਾਇਲਜ ਅਤੇ ਤੂੜੀ ਪਾਈ। ਵੰਡਾ ਸਾਇਲਜ ਤੂੜੀ? ਹਾਂਜੀ, ਵੰਡਾ ਵੀ ਮਾਸ਼ਾਅੱਲਾ ਹਾਜੀ ਹਾਜੀ ਸਾਹਿਬ ਬਣਾ ਰਹੇ ਨੇ। ਅੱਛਾ ਹਾਜੀ ਸਾਹਿਬ ਜੀ, ਮਾਸ਼ਾਅੱਲਾ, ਉਹਨਾਂ ਕੋਲ ਲੈ ਰਹੇ ਹਾਂ। ਹਰ ਪਾਸੇ ਹਾਜੀ, ਹਰ ਪਾਸੇ ਹਾਜੀ, ਹਾਜੀ ਹਾਜੀ ਛਾ ਗਏ ਨੇ। ਖੈਰ ਹੋਏ ਸਹੀ ਹਾਜੀਆਂ ਨੂੰ। ਅੱਛਾ ਵੰਡਾ ਜੋ ਪਹਿਲੀ ਦਫ਼ਾ ਜਦੋਂ ਤੁਸੀਂ ਇਹ ਕੰਮ ਕੀਤਾ ਸੀ, ਉਹਦੇ ਖਰਚਾ ਕਿੰਨਾ ਆ ਰਿਹਾ ਸੀ? ਜਿਹੜੇ ਹੁਣ ਤੁਸੀਂ ਆਹ ਕੁਰਬਾਨੀ ਵਾਲੇ ਬੱਚੇ ਠੱਲੇ ਨੇ, ਹੁਣ ਕਿੰਨਾ ਖਰਚਾ ਆ ਰਿਹਾ? ਇਹ ਹੁਣ ਤੇ ਇਹਨਾਂ ਦਾ ਆ ਰਿਹਾ ਜੀ 800-900 ਰੁਪਏ ਰੋਜ਼ ਦਾ, ਇੱਕ ਦਾ। ਇੱਕ ਦਾ? ਹਾਂਜੀ 800-900। ਹਾਂਜੀ ਦਿੱਲੀ ਦਾ ਆ ਰਿਹਾ? ਤੇ ਪਹਿਲਾਂ ਕਿੰਨਾ ਆ ਰਿਹਾ ਸੀ? ਪਹਿਲਾਂ ਤੇ ਜ਼ਾਹਿਰ ਤੌਰ ਤੇ ਪਤਾ ਥੋੜਾ ਹੀ ਹੁੰਦਾ ਫਿਰ। ਨਹੀਂ ਨਹੀਂ ਪਹਿਲੇ ਜਿਹੜੇ ਬੱਚੇ ਤੁਸੀਂ ਪਾਏ ਸਨ ਉਹਨਾਂ ਨੂੰ ਆਖਰੀ ਦਿਨਾਂ ਤੇ ਫਿਰ ਇੰਨਾ ਹੀ ਹੁੰਦਾ। ਹਾਂ, ਲੇਕਿਨ ਇਹ ਵੇ ਕਿ ਉਦੋਂ ਜ਼ਰਾ ਸਸਤਾ ਸੀ ਕੰਮ, ਤੂੜੀ ਵੀ ਲਈ ਸੀ ਪਹਿਲਾਂ ਹੀ। ਹਾਂ ਹਾਂ, ਤੇ ਉਹ ਸਸਤੀ ਸੀ, ਐਵਰੇਜ ਉਹਦੀ ਥੋੜੀ ਘੱਟ ਜਾਂਦੀ ਹੈ। ਸੈਲਜ ਵੀ ਲੱਭ ਗਿਆ ਸੀ ਉਦੋਂ, ਹੁਣ ਅੱਜ ਕੱਲ੍ਹ ਮਹਿੰਗਾ ਸੀ, ਹੁਣ ਸਸਤਾ ਮਿਲੇਗਾ ਇਨਸ਼ਾਅੱਲਾ। ਬਿਲਕੁਲ ਸਹੀ ਹੈ, ਨਵੀਂ ਫਸਲ ਆ ਗਈ ਹੈ। ਤੁਹਾਨੂੰ ਇਹਨਾਂ ਦਿਨਾਂ ਵਿੱਚ ਕੋਈ ਮੁਸ਼ਕਲਾਂ ਆਈ ਹੋ ਪਿਛਲੇ 100 ਦਿਨ ਦੀ ਫਾਰਮਿੰਗ ਵਿੱਚ ਤੇ ਹੁਣ ਦੀ ਇਸ ਫਾਰਮਿੰਗ ਵਿੱਚ? ਕੋਈ ਮੁਸ਼ਕਲਾਂ? ਮੁਸ਼ਕਲਾਂ ਕੋਈ ਨਹੀਂ, ਅਲਹਮਦੁਲਿਲਾ, ਅੱਲਾ ਪਾਕ ਦਾ ਕਰਮ ਹੈ, ਬੰਦੇ ਬੜੇ ਅੱਛੇ ਨੇ, ਤਾਵਣ ਵਾਲੇ ਨੇ, ਤੇ ਆਪਣੀ ਡਿਊਟੀ ਕਰਦੇ ਨੇ, ਵੈਸੇ ਵੀ ਆ ਕੇ ਚੱਕਰ ਲਾ ਜਾਂਦੇ ਆ। ਅੱਛਾ, ਇਹ ਤਾਂ ਤੁਹਾਡੇ ਮੁਲਾਜ਼ਮ ਬਹੁਤ ਅੱਛੇ ਨੇ, ਤੇ ਤੁਸੀਂ ਤਾਰੀਫ਼ ਕਰ ਰਹੇ। ਅਗਰ ਮੁਲਾਜ਼ਮ ਇਨਸਾਨ ਖੁਸ਼ਕਿਸਮਤ ਉਹ ਹੀ ਹੈ ਜਿਹਨੂੰ ਅੱਛਾ ਮੁਲਾਜ਼ਮ ਮਿਲ ਜਾਏ, ਜੇਕਰ ਤੁਸੀਂ ਅੱਛੀ ਤਰਜੀਹ ਦਿਓਗੇ ਇਨਸ਼ਾਅੱਲਾ ਉਹ ਤੁਹਾਨੂੰ ਰਿਸਪੌਂਸ ਉਸ ਤੋਂ 2 ਗੁਣਾ ਜ਼ਿਆਦਾ ਦੇਗਾ। ਸਾਡੇ ਭਾਈ ਨੇ ਅਲਹਮਦੁਲਿਲਾ, ਮਾਸ਼ਾਅੱਲਾ, ਤੁਸੀਂ ਮੁਲਾਜ਼ਮ ਮੁਲਾਜ਼ਮ ਤਾਂ ਜਾਂ ਭਾਈ ਸਮਝਿਆ, ਕਦੀ ਫਰਕ ਹੀ ਨਹੀਂ ਸਮਝਿਆ। ਬਿਲਕੁਲ ਸਹੀ, ਅੱਛੀ ਗੱਲ ਹੈ ਜੀ। ਹਾਈ ਸਾਹਿਬ, ਬੜੇ ਬੜੇ ਲੋਕ ਵੱਛਾ ਫਾਰਮਿੰਗ ਕਰਦੇ ਨੇ ਤੇ ਤੁਸੀਂ ਵੀ ਕਰ ਰਹੇ ਜੇ, ਕੀ ਕੁਝ ਇਹਦੇ 'ਚ ਸਿੱਖਿਆ ਮੇਨ ਪੁਆਇੰਟ ਵੱਛਾ ਫਾਰਮਿੰਗ 'ਚ? ਆਖਰ ਇੰਨੇ ਮੁਲਕ ਤੁਸੀਂ ਬਾਹਰ ਘੁੰਮ ਘੁੰਮਾ ਕੇ ਆਪਣੇ ਮੁਲਕ ਪਾਕਿਸਤਾਨ ਨੂੰ ਤਰਜੀਹ ਦਿੱਤੀ ਹੈ, ਤੇ ਫਿਰ ਕੀ ਕੁਝ ਮੇਨ ਪੁਆਇੰਟ ਇਹਦੇ 'ਚ ਸਿੱਖਿਆ ਜੇ? ਮੇਨ ਇਹ ਹੀ ਜੇ ਕਿ ਇਹਦੇ 'ਚ ਇੱਕ ਤਾਂ ਐਵਰੇਜ ਜ਼ਿਆਦਾ ਹੋਣੀ ਚਾਹੀਦੀ ਹੈ, ਇਹ ਤੁਹਾਨੂੰ ਕੁਰਬਾਨੀ ਥੋੜ੍ਹੇ ਨੇ। ਅੱਛਾ, ਇਸ ਤੋਂ ਬਾਅਦ ਪਾਵਾਂਗੇ ਜ਼ਿਆਦਾ ਬੱਚੇ ਇਨਸ਼ਾਅੱਲਾ। ਯਾਨੀ ਕਿ ਮਤਲਬ ਯਾਨੀ ਕਿ 60-70 ਦੇ ਉੱਤੇ ਹੀ ਹੋਣੇ ਚਾਹੀਦੇ ਨੇ ਬੱਚੇ, ਆਹ ਉਹਨਾਂ ਖਰਚਾ ਤੁਹਾਡਾ ਜ਼ਰਾ ਫਿਰ ਮਾਈਨਸ ਹੋ ਜਾਂਦਾ, ਘੱਟਦਾ ਜਾਂਦਾ। ਅੱਛਾ ਅੱਛਾ, ਤਨਖਾਹਾਂ ਸਾਰਾ ਖਰਚਾ ਬਿਜਲੀ ਲਟਰ ਪਟਰਾਉਣਾ ਜਾਣਾ ਉਹ ਸਾਰਾ ਫਿਰ ਕੰਮ ਹੋ ਜਾਂਦਾ। ਬਿਲਕੁਲ, ਤੇ ਜ਼ਿਆਦਾ ਹੁਣ ਤਾਂ ਐਵਰੇਜ ਤਾਂ ਠੀਕ ਹੈ, ਤੇ ਥੋੜ੍ਹੇ ਹੁੰਦੇ ਫਿਰ ਖਰਚਾ ਤਾਂ ਉਹਨਾਂ ਦੀ ਪੈਣਾ ਨਾ ਸਾਰਾ। ਨਹੀਂ, ਹਰ ਚੀਜ਼ ਤੁਹਾਡੀ ਮੁੱਲ ਦੀ ਹੈ ਜਾਂ ਜ਼ਾਤੀ ਜ਼ਮੀਨ ਆਪਣੀ? ਹਰ ਸ਼ੈ ਮੁੱਲ ਦੀ ਹੈ। ਆਹ ਜਗ੍ਹਾ ਆਪਣੀ ਨਹੀਂ, ਆਪਣੀ ਹੈ, ਆਪਣੀ ਹੈ, ਕੱਲੀ ਜਗ੍ਹਾ ਆਪਣੀ ਲਈ ਜੀ। ਫਾਰਮ ਆਪਣੀ ਲੈ ਕੇ ਫਿਰ ਆਪ ਬਣਾਇਆ, ਆਪਣੇ ਹੱਥੀ ਬਣਾਇਆ, 4 ਕਨਾਲ ਚ ਮਾਸ਼ਾਅੱਲਾ ਫਾਰਮ ਬਣਾਇਆ। 4 ਏਕੜ ਦਾ ਫਾਰਮ ਹੈ ਉਹ ਸੀਮਟ ਵਾਲੀ ਛੱਤ ਤੇ? ਹਾਂਜੀ, ਸੀਮਟ ਹੈ ਸਾਰੀ। ਮਾਸ਼ਾਅੱਲਾ ਜੀ, ਕਿੰਨਾ ਖਰਚਾ ਛੱਤ ਤੇ ਆਇਆ ਟੋਟਲ? ਇਹ 2 4 ਕਨਾਲ ਜਾਂ ਦੇ 2.5 ਕਰੋੜ ਲੱਗ ਗਏ। 2.5 ਕਰੋੜ ਰੁਪਏ 4 ਕਨਾਲ ਫਾਰਮ ਦੇ? ਮਾਸ਼ਾਅੱਲਾ ਜੀ, ਬੜੀ ਖੁਸ਼ੀ ਹੋਈ ਜੀ ਅੱਜ ਸਾਹਿਬ। ਥੱਲੇ ਬੜੀਆਂ ਜਾਣਾ ਪਿਆ, ਉਹਨਾਂ ਨੇ ਪੈਲੀ ਸੀ ਬੜੀ ਪੋਲੀ। ਹਾਂ ਜੀ, ਥੱਲੇ ਇੰਨੀ ਇੰਨੀ ਥੱਲੇ ਗਈਆਂ ਦੀਵਾਰਾਂ। ਅੱਛਾ, ਕਾਫੀ ਥੱਲੇ ਕਰਕੇ ਫੇਰ ਆਪ ਆ ਗਏ। ਮਾਸ਼ਾਅੱਲਾ ਜੀ, ਬੜੀ ਹਿੰਮਤ ਹੈ ਜੀ। ਫੁਰਲੀਆਂ ਵੀ ਥੱਲੇ ਹੋ ਜਾਂਦੀਆਂ। ਕਿਆ ਬਾਤ, ਮਜ਼ਬੂਤ ਕੰਮ ਕੀਤਾ ਤਾਂ ਵਾਸਤੇ।
ਅੱਛਾ ਮੇਨ ਪੁਆਇੰਟ ਤੁਹਾਨੂੰ ਦੱਸਿਆ, ਮੇਨ ਪਰਚੇਜ਼ਿੰਗ ਹੈ ਜਾਂ ਵੇਚਣਾ ਜਾਂ ਖੁਰਾਕ ਹੈ? ਤਿੰਨੇ ਹੀ, ਤਿੰਨੇ ਚੀਜ਼ਾਂ, ਤਿੰਨੇ ਹੀ ਇਸ ਤਰ੍ਹਾਂ ਨੇ, ਕਿਉਂਕਿ ਸਭ ਤੋਂ ਪਹਿਲੀ ਪਰਚੇਜ਼ਿੰਗ ਹੀ ਮੁਸ਼ਕਲ, ਮੇਨ ਮੁਸ਼ਕਲ ਕੰਮ ਪਰਚੇਜ਼ਿੰਗ ਹੀ। ਅਗਰ ਤੁਹਾਡੀ ਪਰਚੇਜ਼ਿੰਗ ਅੱਛੀ ਹੋਗੀ, ਪਰਚੇਜ਼ਿੰਗ ਅੱਛੀ ਹੋਈ ਤਾਂ ਜ਼ਾਹਿਰ ਹੈ ਤੁਸੀਂ ਉੱਥੇ ਨਫ਼ਾ ਲੈ ਕੇ ਤੁਰ ਪਏ ਹੋ। ਹਾਂ, ਉਹਦੇ ਬਾਅਦ ਫਿਰ ਅੱਗੇ ਖੁਰਾਕ ਆ ਜਾਂਦੀ ਹੈ, ਅਤੇ ਖੁਰਾਕ ਦਾ ਇਹ ਹੀ ਹੈ ਕਿ ਤੁਸੀਂ ਵੇਖਣੀ ਕਿ ਅੱਛੀ ਕਿਹੜੀ ਹੈ। ਸਾਇਦਾ ਜੇ ਇੱਕ ਜ਼ਰਾ ਹਲਕਾ ਹੈ ਮਾੜਾ ਅਤੇ ਉਹ ਵੀ ਸਾਇਦਾ ਜੀ ਹੈ, ਜ਼ਰਾ ਅੱਛਾ ਅੱਛੀ ਚੀਜ਼ ਲੈ ਲਓਗੇ ਅਤੇ ਇਹ ਜਲਦੀ ਉਹ ਪਿੱਕ ਕਰ ਲੈਣਗੇ। ਉਹਦੇ ਬਾਅਦ ਆ ਜਾਂਦਾ ਮੇਨ ਤਰਜੀਹ ਵੰਡੇ ਦੀ, ਹੁਣ ਵੰਡੇ ਕਈ ਨੇ 250 ਦਾ ਮਨ ਵੀ ਹੈ, 3000 ਦਾ ਮਨ ਵੀ ਹੈ, ਅਸੀਂ 3600 ਦਾ ਮਨ ਲੈ ਕੇ ਪਾ ਰਹੇ ਹਾਂ। ਅੱਛਾ, ਹਾਂਜੀ, ਤੇ ਉਹ ਇਹ ਫਰਕ ਪੈਂਦਾ, ਵੰਡੇ ਨਾਲ ਵੀ ਫਰਕ ਪੈ ਜਾਂਦਾ। ਬਿਲਕੁਲ ਸਹੀ ਗੱਲ ਹੈ। ਅੱਗੋਂ ਫਿਰ ਤੁਹਾਡੀ ਨਸ਼ੋ ਨੁਮਾ ਇਹਨਾਂ ਦੀ ਤਰਫ, ਇਹਨਾਂ ਨੂੰ ਵੇਲੇ ਨਾਲ ਖੁਰਾਕ ਮਿਲੇ, ਪਾਣੀ ਸ਼ਾਣੀ ਤਾਜ਼ਾ ਮਿਲਦਾ ਰਹੇ, ਸਫਾਈ ਮੇਨ ਚੀਜ਼ ਹੈ, ਸਫਾਈ ਹੋਵੇ ਤੇ ਫਿਰ ਠੀਕ ਕਰ ਜਾਂਦੇ ਨੇ। ਕੁਛ ਹੁੰਦਾ ਬੱਚਾ ਜਿਹੜਾ ਨਹੀਂ ਕਰਦਾ ਆਪਣੀ ਨਸ਼ੋ ਨੁਮਾ, ਬਾਕੀ ਤਕਰੀਬਨ ਕਰੀ ਜਾਂਦਾ। ਬਿਲਕੁਲ ਸਹੀ ਹੈ ਜੀ। ਇਹਨਾਂ ਬੱਚਿਆਂ ਨੂੰ ਤੁਹਾਨੂੰ ਪਾਲਦਿਆਂ ਨੂੰ ਕਿੰਨੀ ਦੇਰ ਹੋ ਗਈ ਹੈ ਸਰ? ਇਹਨਾਂ ਨੂੰ 3.5 ਮਹੀਨੇ ਹੋ ਗਏ ਜੀ, ਕੁਛ ਨੂੰ, ਅੱਛਾ ਕੁਝ ਨੂੰ 6 ਮਹੀਨੇ 7 ਹੋ ਗਏ। 6 ਤੋਂ 7 ਮਹੀਨੇ ਆਇਆ ਕਿ ਤੁਸੀਂ ਸਰਾਟਰ ਵਾਲੇ ਬੱਚਿਆਂ ਵਿੱਚੋਂ ਤਾਂ ਨਹੀਂ ਕੁਝ ਬੱਚੇ ਕੱਢੇ? ਉਹਨਾਂ 'ਚੋਂ ਕੱਢੇ ਹਨ ਸਰ, ਪਹਿਲੇ ਜਿਹੜਾ ਸੀ ਨਾ ਆਹ ਕੱਢੇ, 2 ਗੱਡੀਆਂ ਭੇਜੀਆਂ ਹਨ, ਹਾਂਜੀ, ਉਹਦੇ 'ਚੋਂ ਕੱਢੇ ਹਨ ਕੁਛ ਬੱਚੇ। ਕਿੰਨੇ ਕੁ ਬੱਚੇ? 8-10 ਥੋੜ੍ਹੇ ਸਨ, ਆਹ 12 ਕੁ ਸਨ। 12 ਕੁ ਸਨ, ਲੇਕਿਨ ਉਹ ਤੁਹਾਨੂੰ ਸਸਤੇ ਰਹਿ ਗਏ ਜਾਂ ਹੁਣ ਵਾਲੇ ਸਸਤੇ ਰਹਿ ਗਏ? ਉਹ ਹੀ ਸਸਤੇ ਰਹਿ ਗਏ। ਯਾਨੀ ਕਿ ਇਹਦਾ ਮਤਲਬ ਮੈਂ ਗੱਲ ਕਰਾਂ ਕਿ ਜਦੋਂ ਸਲੈਟਰੀ ਨਾਲ ਤੁਸੀਂ ਕੰਮ ਕਰੋ, ਯਾਨੀ ਕਿ ਗੋਸ਼ਤ ਵਾਲਾ, ਹਾਂਜੀ, ਉਹਦੇ ਵਿੱਚੋਂ ਤੁਸੀਂ ਜਾਨਵਰ ਪਿੱਕ ਕਰ ਸਕਦੇ ਹੋ ਕੁਰਬਾਨੀ ਵਾਸਤੇ? ਬਿਲਕੁਲ ਕਰ ਸਕਦੇ ਹੋ, ਦੋਨੇ ਬੱਚੇ ਹੋਣ ਜਾਂ ਖੂਬਸੂਰਤ ਹੋਣ ਜਾਂ ਇੱਕ ਬੱਚਾ ਗਰੋਥ ਕਰਦਾ ਜੀ ਜੀ, ਉਹ ਤੁਸੀਂ ਪਿੱਕ ਕਰ ਸਕਦੇ ਹੋ। ਵਾਹ, ਕੀ ਕਹਿਣਾ ਹਾਜੀ ਸਾਹਿਬ, ਮਾਸ਼ਾਅੱਲਾ ਹਾਜੀ ਸਾਹਿਬ। ਹੁਣ ਅਸੀਂ ਆ ਜਾਂਦੇ ਅਸਲ ਟੌਪਿਕ ਤੇ ਜੀ। ਆਪਣੇ ਟੋਟਲ ਬੱਚੇ ਸਭ ਕਿੰਨੇ ਖੜੇ ਨੇ? ਇਹ 30 ਨੇ, 30 ਬੱਚੇ ਮੌਜੂਦ ਖੜੇ ਨੇ। ਇਹਨਾਂ 30 ਬੱਚਿਆਂ ਦਾ ਇੱਕ ਇੱਕ ਬੱਚੇ ਕਰਦੇ ਦੱਸੋਗੇ ਜਾਂ ਅਲੱਗ ਪੂਰੀ ਲਾਟ ਦਾ ਦੱਸੋਗੇ? ਕਿੰਨੇ ਦਾ ਦਿਓਦੇ ਹੱਕ? ਇਹ ਤਾਂ ਹੁਣ ਕੋਈ ਆ ਕੇ ਵੇਖੇਗਾ ਕਿਹੜਾ ਲੈਣਾ, ਤਾਂ ਉਸ ਹਿਸਾਬ ਨਾਲ ਉਹਦੀ ਕੀਮਤ ਦੱਸਾਂਗੇ ਅਸੀਂ, ਕਿਉਂਕਿ ਹੁਣ ਇਹ ਬੱਚਾ ਇਹ ਹਮੇ ਛੋਟਾ ਜਿਹਾ ਬੱਚਾ ਹੁੰਦਾ ਸੀ, ਹਾਂਜੀ, ਉਹ ਵੀ ਬੜਾ ਮਹਿੰਗਾ ਆਇਆ ਸੀ। ਇਹ ਬੱਚਾ ਚਿੱਟਾ ਗੁਲਾਬੀ? ਚਿੱਟਾ ਗੁਲਾਬੀ, ਵੈਸੇ ਸੋਹਣਾ ਬੜਾ ਜੀ, ਹਾਂ, ਦੇ ਲਓ ਰੋਮਾਂ ਦਾ। ਮੈਂ ਮਜ਼ਾਕ ਨਹੀਂ ਕਰਦਾ, ਛੋਟਾ ਜਿਹਾ ਹਜੇ। ਬੱਚੇ ਤੁਹਾਡੇ ਸਾਰੇ ਹੀ ਪਿਆਰੇ ਨੇ, ਹਾਂਜੀ, ਇਹਦੇ ਬੱਚੇ ਸੋਹਣੇ। ਇਹ ਮੈਂ ਗੱਲ ਨਹੀਂ ਕਰਾਂਗਾ, ਬੱਚੇ ਤੁਹਾਡੇ ਇੱਕ ਦੂਜੇ ਤੋਂ ਵੱਧ ਤੇ ਮੈਂ ਵਿਖਾਉਣਾ ਚਾਹਣਾ ਆਪਣੀ ਯੂਟਿਊਬ, ਟਿਕਟੌਕ, ਫੇਸਬੁੱਕ, ਯੂਟਿਊਬ ਦੀ ਫੈਮਿਲੀ ਨੂੰ ਸਾਰੇ ਬੱਚੇ ਵਿਖਾਉਣਾ ਚਾਹੁੰਦੇ ਦੁਬਾਰਾ। ਤਾਂ ਮਾਸ਼ਾਅੱਲਾ, ਕਿਆ ਕਹਿਣਾ ਜੀ ਬੱਚਿਆਂ ਦਾ, ਸਾਰੇ ਤੁਹਾਡੇ ਬੱਚੇ ਇੱਕ ਦੂਜੇ ਤੋਂ ਵੱਧ ਤੋਂ ਵੱਧ ਨੇ। ਅਗਰ ਦੋਸਤ ਹਜ਼ਰਾਤ ਇਹਨਾਂ ਕੋਲ ਕੁਰਬਾਨੀ ਵਾਸਤੇ ਬੱਚੇ ਲੈਣਾ ਚਾਹੁੰਦਾ ਤਾਂ ਜਲਦੀ ਕਰੋ, ਨੰਬਰ ਡਾਇਰੈਕਟ ਮਿਲਾਉਣਾ ਹੈ। ਨੰਬਰ ਯਾਦ ਹੈ ਜ਼ਬਾਨੀ? ਨੰਬਰ ਦੱਸ ਦਿੰਦੇ ਆ, 0302, ਹਾਂਜੀ, 6636550, 6636550 ਇਹ ਨੰਬਰ ਚੱਲਦਾ ਹੋ ਸੀ? ਬਿਲਕੁਲ, ਹਰ ਵੇਲੇ ਵਟਸਐਪ ਵੀ ਇਹਦੇ 'ਤੇ ਹੀ। ਅੱਛਾ, ਮੇਰੇ ਦੋਸਤ ਹਜ਼ਰਾਤ ਜਿਹੜੇ ਤੁਹਾਡੇ ਬਾਹਰ ਵੀ ਵੇਖ ਰਹੇ ਨੇ, ਪਾਕਿਸਤਾਨ 'ਚ ਵੀ ਵੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਾਰੋਬਾਰ ਦਾ ਮਸ਼ਵਰਾ ਦਿਓਗੇ ਬੱਚਾ ਫਾਰਮਿੰਗ ਦੇ ਮੁਤਲਕ? ਜੇ ਸ਼ੌਕ ਹੈ ਤਾਂ ਪੂਰਾ ਕਰਨਾ ਚਾਹੀਦਾ। ਵੇਖੋ ਜੀ, ਹੁਣ ਸਾਡਾ ਮੇਨ ਚ ਕੰਮ ਹੈ ਚਾਵਲਾਂ ਦਾ ਮੰਡੀ, ਅੱਛਾ, ਮੰਡੀ ਕੰਮ ਹੋ ਗਈ, ਚਾਵਲਾਂ ਦੀ ਮੇਨ ਮੰਡੀ, ਅੱਛਾ, ਪਾਕਿਸਤਾਨ ਦੀ ਦੂਸਰੀ ਮੰਡੀ ਹੈ, ਬਿਲਕੁਲ ਇਹਨੀ ਗੱਲ ਜੀ। ਤੇ ਚੌਲਾਂ 'ਚ ਹੁਣ ਬੇੜਾ ਗਰਕ ਹੋ ਗਿਆ ਲੋਕਾਂ ਦਾ, ਉੱਥੇ ਹੁਣ ਬੰਦਾ ਕੀ ਕਰ ਸਕਦਾ? ਬਹੁਤ ਜ਼ਿਆਦਾ ਘਾਟਾ ਪੈ ਰਿਹਾ। ਬਿਲਕੁਲ ਸਹੀ, ਗੰਦਮ ਲੋਕਾਂ ਬੀਜੀ ਹੈ ਫਸਲਾਂ, ਤੇ ਗੰਦਮ 'ਚ ਵੀ ਬੇੜਾ ਗਰਕ ਹੋ ਗਿਆ, ਹਾਂਜੀ, ਤੇ ਇਹ ਵੀ ਕਾਰੋਬਾਰ ਹੀ ਹੈ, ਵੱਧ ਨਹੀਂ ਅਸੀਂ ਖੇਡਦੇ, ਨਹੀਂ, ਕਾਰੋਬਾਰ ਅੱਲਾ ਪਾਕ ਰਿਜ਼ਕ ਦੇ, ਠੀਕ ਹੈ, ਤੇ ਜੇ ਕਿਸੇ ਵੇਲੇ ਵਾਧਾ ਘਾਟਾ ਹੋ ਵੀ ਜਾਏ ਤਾਂ ਫਿਰ ਸਬਰ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਇਹ ਅੱਲਾ ਪਾਕ ਦਾ ਨਿਜ਼ਾਮ ਹੈ। ਦੂਸਰਾ, ਇਹ ਜਾਨਦਾਰ ਚੀਜ਼ ਹੈ, ਕੋ ਮਰ ਵੀ ਸਕਦਾ, ਬਿਮਾਰ ਵੀ ਹੋ ਸਕਦਾ, ਬਿਮਾਰ ਹੋ ਸਕਦਾ, ਤੇ ਇਹ ਤੇ ਫਿਰ ਇਨਸਾਨ ਦੇ ਹੱਥ ਕੁਛ ਨਹੀਂ, ਤੁਸੀਂ ਆਪਣੀ ਮਿਹਨਤ ਕਰੋ। ਬੇਸ਼ੱਕ, ਲੇਕਿਨ ਇਹ ਵੇ ਕਿ ਫਾਰਮ ਆਪਣਾ ਹੋਵੇ ਤੇ ਅੱਛਾ, ਇੱਕ ਤੇ ਵੇ ਕਿ ਤੁਹਾਨੂੰ ਚਲੋ ਮੰਥਲੀ ਉਹ ਵੀ ਪੈਸੇ ਪਾਈਦੇ ਨੇ, ਬੇਸ਼ੱਕ, ਦੂਸਰਾ ਇੱਜ਼ਤ ਨਾਲ ਆਰਾਮ ਨਾਲ ਆਹਨੂੰ ਨਾਲ ਬਹਿੰਦੇ ਹੋ ਆ ਕੇ, ਇਹ ਨਹੀਂ ਤੁਹਾਡੀ ਟੈਨਸ਼ਨ ਹੁੰਦੀ ਵੀ ਅਗਲੇ ਆਖਣਗੇ ਵਿਹਲਾ ਕਰੋ, ਖਾਲੀ ਕਰੋ, ਕਿਸੇ ਵੇਲੇ ਵੀ ਮਾਲਕ ਕਹਿ ਸਕਦੇ ਨੇ। ਬਿਲਕੁਲ ਕਹਿ ਸਕਦੇ, ਉਹ ਇਹ ਵਜੇ ਨਹੀਂ ਕਿਸੇ ਕੋਲ ਇਨਵੈਸਟਮੈਂਟ ਇੰਨੀ ਤੇ ਉਹ ਕਿਰਾਏ ਤੇ ਲੈ ਕੇ ਵੀ ਕਰ ਸਕਦਾ, ਲੇਕਿਨ ਬੱਚੇ ਪੰਜਾਬ ਦੇ ਉੱਤੇ ਪਾਏ ਤੇ ਫੇਰ ਹੀ ਹੈ।
ਨਹੀਂ, ਇੱਕ ਬੰਦਾ ਅਣਜਾਣ ਹੈ, ਮੈਂ ਵੇਖੋ ਤੁਹਾਡਾ ਇੱਕ ਤਜਰਬਾ ਪਹਿਲੇ ਤੁਸੀਂ ਤੁਹਾਡੇ ਖਾਸ ਤਲਾਕ ਵਾਲੇ ਹਾਜ ਸਾਹਿਬ ਸਨ, ਤੁਹਾਡੇ ਮੱਲੇਦਾਰ ਸਨ, ਤੁਹਾਡੇ ਨਾਲ ਗਏ ਨੇ ਮੁਖਲਸ ਤੌਰ 'ਤੇ, ਉਹਨਾਂ ਤੁਹਾਡੇ ਕੋਲ ਕੋਈ ਚੀਜ਼ ਨਹੀਂ ਲਈ। ਅੱਜ ਕੱਲ੍ਹ ਦੇ ਹਾਲਾਤ ਦੇ ਮੁਤਾਬਕ ਕੋਈ ਮਾਫ਼ੀ ਐਵੇਂ ਨਹੀਂ ਦਿੰਦਾ, ਜਿਹੜੀ ਗੱਲ ਹੈ ਜੀ ਸਰ। ਦੁਨੀਆ ਕਾਇਮ ਹੈ, ਬੰਦੇ ਚੰਗੇ ਹੈ, ਚੰਗੇ ਹੈਗੇ ਨੇ, ਲੇਕਿਨ ਹੁਣ ਮੈਂ ਨਹੀਂ ਮੰਨਦਾ ਜੀ, ਮੈਂ ਬਸ ਨਾ ਪੁੱਛੋ ਤੁਸੀਂ, ਮੈਂ ਹਾਲਾਤ ਗੱਲਾਂ ਵਾਲੇ ਤੁਹਾਨੂੰ ਵੱਡਾ ਵਾ, ਮੈਨੂੰ ਵੀ ਸਾਰਾ ਹੀ ਪਤਾ ਹੈ। ਤੁਹਾਡਾ ਤਜਰਬਾ ਹੋ ਗਿਆ ਕਾਫੀ, ਸਾਡਾ ਤਜਰਬਾ ਹੋਇਆ, ਹੁਣ ਯੂਟਿਊਬ ਦੀ ਦੁਨੀਆ 5 ਸਾਲ ਹੋ ਗਏ ਨੇ, ਤੁਹਾਡੇ ਰੰਗੇ ਪਿਓ ਨੇ ਹੀ ਵੱਲ ਸਾਨੂੰ ਦੱਸਿਆ, ਕਿਉਂਕਿ ਤੁਸੀਂ ਸਾਡੇ ਬਜ਼ੁਰਗ ਜੇ, ਅਤੇ ਮੈਂ ਇਸ ਚੀਜ਼ ਨੂੰ ਸਮਝਣਾ ਜੀ। ਲੇਕਿਨ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਯੂਟਿਊਬ ਫੈਮਿਲੀ ਨੂੰ, ਆਇਆ ਕਿ ਤੁਸੀਂ ਕਹਿੰਦੇ ਜੇ 50 ਬੱਚੇ ਹੀ ਹੋਣੇ ਲਾਜ਼ਮੀ ਨੇ, ਥੋੜ੍ਹੇ ਥੋੜ੍ਹੇ ਬੱਚੇ ਵੀ ਪਾ ਸਕਦੇ ਨੇ। ਚਲੋ ਉਹ ਤਾਂ ਖੈਰ ਕਿਸੇ ਤਜਰਬਾ ਕਰਨਾ ਤਾਂ 20-25 ਤੋਂ ਵੀ ਸ਼ੁਰੂ ਕਰ ਸਕਦਾ। ਹਾਂਜੀ, ਲੇਕਿਨ ਇਹ ਕਿ ਜ਼ਰਾ 50 ਹੋਣਗੇ ਨਾ, ਤਾਂ ਫਿਰ ਉਹਨੂੰ ਪਤਾ, ਮਿਸਾਲ ਦੇ ਤੌਰ 'ਤੇ 10,000 ਵੀ ਬਚਦਾ ਬੱਚੇ ਦਾ, 5 ਲੱਖ ਬਚੇਗਾ, ਉਹਨੂੰ ਸਕੂਨ ਹੋਵੇਗਾ। ਅਤੇ ਜੇ ਉਹਨੇ ਫੇਰਾ ਵੀ ਮਾਰਨਾ, ਪੈਟਰੋਲ ਵੀ ਜਲਾਉਣਾ, ਬੰਦਿਆਂ ਨੂੰ ਵੀ ਤਨਖਾਹਾਂ ਦੇਣੀਆਂ ਨੇ, ਬਿੱਲ ਵੀ ਦੇਣੇ ਨੇ, ਅਤੇ ਉਹ ਬੱਚੇ 5-7 ਹੋਣ, ਤਾਂ ਜੇ ਉਹ 'ਚ ਬਚ ਵੀ ਜਾਏ 10-20,000, ਤਾਂ ਫਿਰ ਉਹ ਨਗਣਾ ਯਾਰ ਕੁਛ ਨਹੀਂ, ਕੁਛ ਨਹੀਂ ਬੱਚਿਆ। ਬਾਕੀ ਉਹ ਕੋਈ ਤਜਰਬਾ ਕਰਨਾ ਚਾਹੀਦਾ, ਥੋੜ੍ਹੇ ਤਾਂ ਵੀ ਕਰ ਸਕਦਾ, ਉਹ ਕਿਹੜਾ ਜ਼ਰੂਰੀ ਹੈ ਜੀ। ਠੀਕ ਸਰ, ਬਹੁਤ ਮਿਹਰਬਾਨੀ ਤੁਸੀਂ। ਅੱਛਾ, ਮੇਰਾ ਵੈਸੇ ਦਿਲੀ ਖਿਆਲ ਇਹ ਸੀ ਕਿ ਇੱਕ ਇੱਕ ਬੱਚੇ ਤੁਸੀਂ ਰੇਟ ਦੱਸ ਦਿੰਦੇ ਤਾਂ ਅੱਛੀ ਗੱਲ ਸੀ, ਅਤੇ ਇਵੇਂ ਹੋ ਸਕਦਾ ਕੋਈ ਬੰਦਾ ਨਾਰਾਜ਼ ਨਾ ਹੋਵੇ ਕਿ ਜੀ ਬਾਈ ਤੁਸੀਂ ਰੇਟ ਨਹੀਂ ਦੱਸਿਆ, ਅਤੇ ਆਇਆ ਕਿ ਤੁਸੀਂ ਬਾਅਦ 'ਚ ਤੁਹਾਡੇ ਨੰਬਰ 'ਤੇ ਰਾਬਤਾ ਕਰ ਲੈਣ, ਨੰਬਰ 'ਤੇ ਕਰ ਲੈਣ, ਅਤੇ ਫਿਰ ਆ ਕੇ ਦੱਸ ਦੇਣ ਇਹ ਫਲਾਣਾ ਬੱਚਾ ਅਸੀਂ ਉਸ ਹਿਸਾਬ ਨਾਲ। ਵੈਸੇ ਵੀਡੀਓ 'ਚ ਕਲਿੱਪ ਸਾਰੇ ਚੱਲ ਰਹੀ, ਅਗਰ ਕਿਸੇ ਦੋਸਤ ਨੂੰ ਪਸੰਦ ਆਵੇ ਬੱਚਾ, ਉਹਨੂੰ ਸਕਰੀਨਸ਼ਾਟ ਲਵੇ, ਉਹ ਹਾਜ ਸਾਹਿਬ ਦੇ ਨੰਬਰ 'ਤੇ ਵਟਸਐਪ ਕਰ ਦੇਵੇ, ਅਤੇ ਇਨਸ਼ਾਅੱਲਾ ਉਹ ਤੁਹਾਨੂੰ ਰੇਟ ਦੱਸ ਦਿੰਦੇ ਜੀ। ਠੀਕ ਹੈ ਹਾਜ ਸਾਹਿਬ, ਬਹੁਤ ਮਿਹਰਬਾਨੀ, ਚਲੋ ਦੱਸ ਦਿਓ ਜੀ ਸਾਨੂੰ, ਅਸੀਂ ਤਾਂ ਚਾਹੁੰਦੇ ਹਾਂ ਵੱਡੇ ਬੱਚੇ ਦੱਸੋ। ਮਾਸ਼ਾਅੱਲਾ, ਸੋਹਣਾ ਸਾਹੀਵਾਲ ਨਸਲ ਦਾ ਬੱਚਾ, ਹਾਏ ਹਾਏ ਸਦਕੇ ਥੀਵਾਂ, ਇਹਦਾ 7 ਲੱਖ ਰੁਪਈਆ ਜੀ। ਮਾਸ਼ਾਅੱਲਾ, ਅਗਰ ਕੋਈ ਇਹ ਦੋਸਤ ਬੱਚਾ ਪਸੰਦ ਕਰਦਾ ਜੀ, ਉਸ ਤੋਂ ਬਾਅਦ ਇਹ ਬੱਚਾ ਜੀ, ਇਹਦਾ 3.5 ਲੱਖ, 3.5 ਲੱਖ, ਉਸ ਤੋਂ ਬਾਅਦ 3.5, ਉਸ ਤੋਂ ਬਾਅਦ ਇਹਦਾ, ਇਹਨਾਂ ਦਾ ਵਜ਼ਨ ਐਡੀਏ ਦਾ ਪਤਾ ਜੇ, ਹਾਂਜੀ ਉਹ 530-40 ਕਿਲੋ, 12-44, 53-52, 13 ਮਣ, 13 ਮਣ ਦਾ। ਅੱਛਾ ਅੱਛਾ, ਤੇ ਇਹ ਕਿੰਨੇ ਆ ਦੱਸਤਾ ਰੇਟ? ਹਾਂਜੀ ਤੇ ਇਹਦਾ ਜੀ, ਇਹਦਾ ਵੀ ਕਰ ਲਓ ਨਹੀਂ, 3.5, 3.5, ਤੇ ਇਹ ਚਿੱਟਾ, ਚਿੱਟੇ ਦਾ ਕਰ ਲਓ 3, ਤੇ ਇਸ ਦਾ, ਇਹਦਾ ਵੀ 3, ਇਹਦਾ 3.5 ਕਰ ਲਓ, 3.5, ਇਸ ਦਾ ਜੀ, ਇਹਦਾ ਕਰ ਲਓ, ਤੇ ਆਹ ਜਿਹੜਾ ਬੈਠਾ ਚੀਨਾ 4, ਤੇ ਮਜ਼ੀਦ ਬਾਕੀ ਰੇਟ ਜੇ ਉਹ ਟੈਲੀਫੋਨ ਰਾਬਤਾ ਕਰ ਲਓ। ਤੇ ਹੁਣ ਜੋ ਜਾਸਤ ਆਪਣੇ ਭਰਾ ਏਜੀ ਅਜ਼ਹਰ ਖਾਨ ਨੂੰ, ਅਸਲਾਮੁ ਅਲੈਕੁਮ ਵਰਹਿਮਤੁਲਾਹੀ ਵਬਰਕਾਤੁਹੂ। ਬੱਚਿਆਂ ਨੂੰ ਸ਼ੌਕ ਸੀ, ਤੇ ਬੱਚੇ ਵੀ ਮਾਸ਼ਾਅੱਲਾ, ਅੱਲਾ ਇਹਨਾਂ ਦੀ ਉਮਰ ਦਰਾਜ਼ ਕਰੇ, ਨੈਕਸਟ ਟਾਈਮ ਹੋ ਸਕਦਾ ਜੀ ਮੇਰੇ ਬੱਚੇ ਇਹਨਾਂ ਦੀ ਵੀਡੀਓ ਬਣਾਉਣ। ਤੇ ਮਾਸ਼ਾਅੱਲਾ, ਬੜੀ ਖੁਸ਼ੀ ਹੋਈ, ਇਹ ਤਾਂ ਭਰਾ ਵੀ ਇਹ ਵੀ ਖੜੇ ਨੇ, ਜਿਹੜੇ ਬਾਈ ਸਮਝਦੇ ਨੇ, ਜਿਹੜੀ ਸਪੋਰਟ ਇੱਥੇ ਕਰ ਰਹੇ, ਜਿਹੜੇ ਕਾਰੋਬਾਰ ਕਰ ਰਹੇ, ਇੱਥੇ ਸਮਾਰ ਰਹੇ ਨੇ, ਤੇ ਇੱਕ ਦੋਸਤ ਸਾਡਾ ਹੋਰ ਵੀ ਹੈ ਜੋ ਪਰਾਂ ਉਹ ਵੇਖ ਰਿਹਾ ਜੀ, ਨਾਲ ਦੇ ਫਾਰਮ ਦੇ ਨੇ ਬਾਈ, ਤੇ ਅਨਰ ਨੇ ਮਾਸ਼ਾਅੱਲਾ, ਤੇ ਆ ਸੈਲਜ ਮਾਸ਼ਾਅੱਲਾ ਇਸਤਾਕ ਕੀਤਾ ਭਾਈ ਸਾਹਿਬ ਨੇ, ਆਪਣੇ ਤਰੀਕੇ ਨਾਲ, ਆਪਣੇ ਡਿਸਿਪਲਿਨ ਨਾਲ ਕਾਰੋਬਾਰ ਕਰ ਰਹੇ ਨੇ। ਅੱਲਾਹ ਤਾਲਾ ਅੱਗੇ ਸਾਡੀ ਦਿਲੀ ਦੁਆ, ਅੱਲਾਹ ਤਾਲਾ ਤੁਹਾਡੇ ਕਾਰੋਬਾਰ 'ਚ, ਰਿਜ਼ਕ 'ਚ ਬਰਕਤ ਆ ਫਰਮਾਏ, ਆਮੀਨ ਸੁਮਾ ਆਮੀਨ।